ਹਵਾ ਨਾਲ ਚੱਲਦੀ ਇਹ ਚੀਜ਼ ਸਟੀਅਰਿੰਗ ਲਾਇਆ ਇਹਨੇ ਪੈਰਾਂ ਤੇ ਸਟੀਅਰਿੰਗ ਲੱਗਿਆ ਰਿਹਾ ਇੱਥੇ ਬਾਈ ਆਉਂਦਾ ਲੈ ਕੇ ਇਹਨੂੰ ਇਹ ਯੈਸ ਕੈਨ ਯੂ ਟਾਕ ਅਬਾਊਟ ਦਿਸ ਤੇਰੇ ਦਬਈ ਵਾਲਿਆ ਨੰਬਰ ਪਲੇਟ ਲਈਆ ਮੁੰਡੇ ਨੇ ਕਹਿੰਦਾ ਦਬਈ ਵਾਲਾ ਬਾਈ ਉਹ ਸਟੂਡੈਂਟ 11 ਸਾਹਮਣੇ ਜਿਵੇਂ ਇਹਦੀ ਟੀਮ ਰੈਡੀ ਆ ਬੜਾ ਕਹਿ ਦੇ ਉਹਨਾਂ ਨੂੰ ਕੀ ਕਹਿ ਘਰ ਜੋ ਹੁਣ ਆਪਾਂ ਘਰੇ ਦਾ ਖਾਣਾ ਲੈ ਕੇ ਮੋ ਤੇ ਕਾਣੀ ਉਹ ਭਰਾਵਾ ਤੂੰ ਕਿੰਨੀਆਂ ਕੁ ਟੀਮਾਂ 'ਚ ਓਪਨਰ ਜਾਣਾਗਾ देख लांगे शरीका जा आपकी टीम के पाले च शरीका देखांगे तेन असि कोई नहीं शरीर देख लो सुपर ट्रैक्टर वर्गा ते मां दा पुत जमा दबदा ही नहीं पता नहीं की खांदा गा लो जी मेरे वल्लों सारे नूं प्यार भरी सति श्री अकाल मैं सरजीत गरेवाल पिंड ब्रिमटन तो अपने यूट्यूब चैनल करेड़े ब्लॉग से बहुत बहुत स्वागत करदा। सो अज अपना मैच नंबर 7 बी टाउन 11 वर्सिज स्टूडेंट 11। सो अपने ऑलरेडी 6 मैच हो चुके हैं जिदा कि थोड़ा पहला भी आपने इनफॉर्मेशन दी लास्ट ब्लॉग के 6 मैचों के आप 2 मैच हार गए हैं एक अपना मीह करके ड्रा हो गया सी 3 मैच आप जित गए। सो अज का मैच बहुत क्रूशल हैगा आपू जितना ही पैना है हैव टू हैव बिकॉज जी अपनी ऑलरेडी पोजिशन जी है टेबल पर 4th नंबर पर है। सो जी 5वें नंबर पर टीम है वो जमा इक्वल आ गई अपनी टीम दे। सो उन्हां कोले भी 2 मैच बचे है अपने कोले भी 2 मैच बचे है। सो दोनों चो जी टीम ज़्यादा मैच जितूगी वह टीम अगे क्वालीफाई करूगी। सो अज का मैच बहुत क्रूशल हैगा तेरे दुबई वाले नंबर प्लेट लाई है मुंडे ने कहिंदा दुबई वाला दुबई तो पहुंचियां सरकारां इत्थे कनेडा किवें है बटर नान खांदे आ कहिंदे वी कवाई हाथ से रखी हाथ से रखी हाथ से रखी ओए मैच अपना स्टार्ट होना गा राउंड घंटा रह गया पूरा घंटे तो पहला सीरियस मैटर डिस्कशन हो रहा है मिस्टर गोपी ते प्रीत दे विचाले बड़े सीरियस हो बैठे है थोड़े जे ते पर तुहानू दस दिए टॉस अपना होना अराउंड 11:45 ते सो बाकी साढ़े कैप्टन साहब पहुँचने वाले वो डिसाइड करेंगे टीम मीटिंग दे विच भी की होना की नहीं होना। हाई लैवल सैट है बहुत इंटेंस मैच है ओपोनेंट टीम है जी स्टूडेंट 11 अपना लास्ट ब्लॉग जिन्होंने देखा होना वो अपना फ्रेंड खेड रहा है दलराज वो भी वो खेडूगा देखते हैं की सिचुएशन बननी है मैच पूरा डू एंड डाई लाना है। आ बंदा देख लो आ बंदा हुण अड होगा इतों हुण होगा अड इतों हुण इन्हें दूजे पासे चला जाना आया दी टीम नाल तो जाऊ हुण होर पासे देख लांगे शरीका जा आपकी टीम के पाले च शरीका देखांगे तेनू असी कोई नहीं भाई वह स्टूडेंट 11 सामने जमा इहदी टीम रेडी है बड़ा कह दे उन्हां नूं टॉस की तैयारी है हम टॉस से लेके चलिए फिर देने की बनता है टॉस की कहते जमा तैयारी है सोहल कहते स्पेशल लंडन तो चल के आए अज लाउणगे सिरा ਕਿਵੇਂ ਸੋਲ ਕਿਵੇਂ ਜੀ ਲੱਗ ਰਿਹਾ ਕੀ ਦੇਖੋ ਹੁਣ ਜਾ ਕੇ ਕੀ ਬੰਦਾ ਨਰਵਸ ਜਤ ਨਹੀਂ ਹੋ ਰਿਹਾ ਨਾ ਨਰਵਸ ਨਹੀਂ ਹੋਣਾ ਜਾ ਕੇ ਪਤਾ ਲੱਗੂਗਾ ਕੀ ਬੰਦਾ ਜੇ 2 ਦਿਨ ਹੋਰ ਕੱਢ ਕੇ ਫਿਰ ਠੀਕ ਆ
ਚੰਪ ਨਹੀਂ ਜਾ ਕੇ ਕਹਿੰਦੇ ਅੱਜ ਕੀ ਸਮਝਾਇਆ ਮੈਨੂੰ ਦੱਸ ਦੇ ਕੀ ਸਮਝਾਇਆਗਾ ਵੀ ਬਾਹਰੀ ਐਗਰੈਸਿਵ ਸਟਾਰਟ ਦੀ ਲੋੜ ਨਹੀਂ ਹਾਂ ਟਾਈਮ ਟੇਕ ਯਰ ਟਾਈਮ ਹਾਂ ਟੇਕ ਯਰ ਟਾਈਮ ਲਓ ਜੀ ਪਾਵਰ ਪਲੇਅ ਡਨ ਹੋ ਗਿਆ 6 ਓਵਰਾਂ ਦੇ ਵਿੱਚ ਸਕੋਰ ਹੈਗੇ ਆ ਕਿ 45 ਤੇ 2 ਵਿਕਟਾਂ ਸਾਡੀਆਂ ਆਊਟ ਹੋ ਗਈਆਂ ਰਨ ਰੇਟ ਵਧੀਆ ਚੱਲ ਰਹੀ ਹੈ ਵਿਕਟਾਂ 2 ਚੜੀਆਂ ਗਈਆਂ ਚਾਰ ਰਨ ਸੋ ਇੱਦਾਂ ਬਾਹਰ ਆ ਗਏ ਨਿੰਮੇ ਦੁਆਰਾ ਛੱਕਾ ਵਧੀਆ ਰਨ ਰੇਟ ਚੱਲ ਰਹੀ ਹੈ ਸਕੋਰ ਕੀ ਹੋ ਗਿਆ ਸਕੋਰ ਕੀ ਹੋ ਗਿਆ ਸੀ 10 ਓਵਰ 94 ਫੋਰ 2 10 ਓਵਰ 94 ਸਕੋਰ ਤਾਂ ਠੀਕ ਹੈ ਕੀ ਖਿਆਲ ਆ ਫਿਰ ਸਕੋਰ ਆ ਤਾਂ ਮੈਚ ਜਿੱਤ ਲਿਆ ਹਾਂ ਜਿੱਤ ਲਿਆ ਤਾਂ ਸਹੀ ਹੈ ਸਕੋਰ ਆ ਸਿਰਾ ਸਕੋਰ ਆ ਗਿਆ ਆ ਮੈਚ ਜਿੱਤ ਲਿਆ ਬਾਤ ਰੈਪੀ ਗੇਮ ਆਪਦੀ ਸਕੋਰ ਆ ਗਿਆ ਹੁਣ ਆਪਣੇ ਕੋਲੇ ਬੈਟਿੰਗ ਆ ਯਾਰ ਬਹੁਤ ਸੋਹਣੀ ਬੈਟਿੰਗ ਕਮਲ ਲਓ ਜੀ ਮੁੰਡਾ ਕਹਿੰਦੇ 50 ਮਾਰ ਕੇ ਆਇਆ ਹੈਗਾ ਅੱਜ ਲੋਡ ਸੀ ਰਣਾ ਦੀ ਤੇ ਅੱਜ ਕਹਿੰਦੇ ਸਿਰਾ ਲਾ ਕੇ ਆਇਆ ਮੁੰਡਾ ਟਕਰਾਈ ਜਾਂਦਾ ਐਂਡ ਤੇ ਆ ਕੇ 3 ਓਵਰਾਂ ਦੇ ਵਿੱਚ ਟੀਮ ਨੂੰ ਚਾਹੀਦੇ ਸੀਗੇ 36 ਰਨ ਸੋ ਮੈਚ ਲਾਸਟ ਵਾਲੇ ਓਵਰ 'ਚ ਚਲਾ ਗਿਆ ਲਾਸਟ ਵਾਲੇ ਓਵਰ ਦੇ ਵਿੱਚ 1 ਓਵਰ 'ਚ ਉਹਨਾਂ ਨੂੰ 17 ਰਨ ਜਿੱਤਣ ਲਈ ਚਾਹੀਦੇ ਸੀ ਸੋ ਵਧੀਆ ਬੋਲਿੰਗ ਕੀਤੀ ਟੀਮ ਨੇ ਸੋ ਫਾਈਨਲੀ ਆਪਾਂ ਅੱਜ ਦਾ ਮੈਚ ਜਿੱਤ ਗਏ ਹਾਂ ਬਹੁਤ ਖੁਸ਼ੀ ਹੈ ਟੀਮ 'ਚ ਲਾਸ਼ ਜਿਹੜੇ ਬੰਦੇ ਨੇ ਅੱਜ 7ਵੇਂ ਮੈਚ ਆ ਕੇ ਰਨ ਬਣਾਏ ਨੇ ਕਰੂਸ਼ੀਅਲ ਮੈਚ ਆ ਕੇ ਨੇ ਰਨ ਬਣਾਤੇ ਜਿਵੇਂ ਵਾਟਸਨ ਨਹੀਂ ਉਹ ਜਿਵੇਂ IPL 'ਚ ਵਾਟਸਨ ਫਾਈਨਲ ਮੈਚ ਚੱਲਦਾ ਹੁੰਦਾ ਇਹ ਬੰਦਾ ਉਵੇਂ ਹੈਗਾ ਫਾਈਨਲ ਮੈਚ ਨੇ ਆ ਕੇ ਰਨ ਬਣਾਏ ਉਹ ਭਰਾਵਾ ਅੱਜ ਫਾਈਨਲ ਵਾਲਾ ਕੰਮ ਹੀ ਸੀਗਾ ਐਂਡ 'ਚ ਸਾਡੇ ਕਪਤਾਨ ਨੂੰ ਕਿਸੇ ਰੀਜ਼ਨ ਕਰਕੇ ਜਾਣਾ ਪੈ ਗਿਆ ਸੀ ਸੋ ਇਹਨੇ ਪਿਛਲੇ 4 ਓਵਰ ਕਪਤਾਨੀ ਵੀ ਕੀਤੀ ਹੈ ਸੋ ਵਧੀਆ ਖੇਡਿਆ ਜੀ ਮੁੰਡਾ ਤੇ ਕਪਤਾਨ ਵੀ ਜਦ ਹੀ ਕਪਤਾਨੀ ਫੜਾ ਜਾਂਦਾ ਜਦੋਂ ਜੀ ਕਰਦਾ ਵੀ ਚੱਕ ਯਾਰ ਸਾਂਭਲਾ ਟੀਮ ਤੂੰ ਵਿਨੀ ਪੈਗ ਦੇ 2 ਗੇੜੇ ਲਾਏ ਹੈਗੇ ਹਾਂ ਸੰਡੇ ਤੂੰ ਤੁਰਿਆ ਇੱਕ ਗੇੜਾ ਲਾਇਆ ਵਿਨੀ ਪੈਗ ਦਾ ਇੱਕ ਗੇੜਾ ਨਾਲ ਕੈਲਗਰੀ ਦਾ ਕੈਲਗਰੀ ਦਾ ਲਾਇਆ ਇੱਥੋਂ ਤੂੰ ਤੁਰਿਆ ਵਿਨੀ ਪੈਗ ਨੂੰ ਸੰਡੇ ਸੰਡੇ ਤੁਰਿਆ ਟਿਊਜ਼ਡੇ ਟਿਊਜ਼ਡੇ ਤੂੰ ਵਾਪਸ ਆ ਗਿਆ ਦੁਪਹਿਰੇ ਦੁਪਹਿਰੇ ਹਾਂ ਘਰੇ ਗਿਆ ਕਿ ਨਹੀਂ ਘਰੇ ਗਿਆ ਸੀਗਾ ਰੋਟੀ ਚੱਕਣ ਕਿੰਨੇ 4 ਘੰਟੇ 4 ਘੰਟੇ ਲਈ ਘਰੇ ਗਿਆ ਉਦੋਂ ਬਾਅਦ ਤੂੰ ਸਿੱਧਾ ਇੱਥੋਂ ਲੋਡ ਚੱਕ ਕੇ ਬ੍ਰੈਂਪਟਨ ਤੋਂ ਫਿਰ ਕੈਲਗਰੀ ਨੂੰ ਨਿਕਲ ਗਿਆ ਕੈਲਗਰੀ ਕਿੰਨੇ ਕਿਲੋਮੀਟਰ ਅੰਦਾਜ਼ਾ ਦੱਸੇਗਾ ਤੂੰ 3466 ਕਿਲੋਮੀਟਰ ਕੈਲਗਰੀ ਫਿਰ ਕੈਲਗਰੀ ਤੋਂ ਤੂੰ ਸਿੱਧਾ ਅੱਜ ਮੈਚ ਖੇਡਣਾ ਹੈ ਸਿੱਧਾ ਐਮਾਜ਼ਾਨ ਤੋਂ ਆਰਡਰ ਦੇ ਲੈ ਡਰਾਪ ਕਰਕੇ ਦੂਜਾ ਚੱਕ ਕੇ ਸਿੱਧਾ ਹੋਟਲ ਛੱਡ ਕੇ ਫਿਰ ਚੀਮੇ ਬਾਈ ਨੂੰ ਇਹਦੇ ਘਰੋਂ ਚੱਕ ਕੇ ਤੇ ਫਿਰ ਸਿੱਧਾ ਆਪਾਂ ਹੁਣ ਘਰੇ ਜਾਣਾ ਹੁਣ ਆਪਾਂ ਘਰੇ ਦਿਖਾਉਣਾ ਜਾ ਕੇ ਮੂੰਹ ਤੇ ਕਾਣੀਆਂ ਕਾਲਾ ਤੇ ਆ ਹੁੰਦੀ ਹੈ ਜੀ ਡੈਡੀਕੇਸ਼ਨ ਇਦਾਂ ਪਲੇਅਰ ਵਧੀਆ ਨਿਕਲ ਜਾਂਦਾ ਵਧੀਆ ਬੋਲਰ ਆ ਮੁੰਡਾ ਬਹੁਤ ਸੋਹਣੀ ਬੋਲ ਕਰਦਾ ਗਾ ਆ ਲੱਦ ਖੜਦਾ ਲੱਦ ਨਾਲ ਵੀ ਗੱਲ ਕਰ ਲਈਏ ਇੱਕ ਛਿੱਕਾ ਮਾਰਿਆ ਨੇ ਅੱਜ ਛਿੱਕਾ ਕਿੱਥੇ ਮਾਰਿਆ ਚਾਰ ਬਾਲਾਂ ਪਹਿਲਾਂ ਉਹਨੇ ਡਾਟ ਕੱਢੀਆਂ ਤੇ ਬਾਹਰ ਪੂਰੀ ਖਲਬਲੀ ਮੱਚ ਗਈ ਵੀ ਡਾਟ ਕਿੱਦਾਂ ਕੱਢ ਰਿਹਾ ਮੁੰਡਾ ਅਗਲੀ ਬਾਲ ਦੇ ਨੇ ਜਿਹੜਾ ਛਿੱਕਾ ਮਾਰਿਆ ਨਾ ਤੇ ਸਾਰਿਆਂ ਦੇ ਮੂੰਹ ਹੋ ਗਏ ਬੰਦ ਟੈਕ ਕੇ ਬਹਿ ਗਏ ਮਗਰ ਕਹਿੰਦੇ ਸਰਬਜੀਤ ਬਾਈ ਜੀ ਕਿਸੇ ਨੂੰ ਹੋਰ ਗੱਲ ਦੱਸ ਦਈਏ ਸਕੋਰ ਕਾਰਡ 'ਚ ਕਿਤੇ ਕਨਫਿਊਜ਼ ਨਾ ਹੋ ਜਾ ਕਰੋ ਇਹਦਾ ਨਾਮ ਹੀ ਸਰਬਜੀਤ ਹੈਗਾ ਕਿਸੇ ਵੀ ਸਕੋਰ ਕਾਰਡ ਦੇ ਬੰਦਾ ਵੇਖ ਕੇ ਭਰਾਵਾ ਤੂੰ ਕਿੰਨੀਆਂ ਟੀਮਾਂ ਚ ਓਪਨਰ ਜਾਣਾ ਗਾ ਖੜ ਜਾਓ ਖੜ ਜਾਓ ਗੱਲ ਕਰ ਦੋ ਕਿੰਨੀਆਂ ਟੀਮਾਂ ਚ ਤੂੰ ਓਪਨਰ ਜਾਣਾ ਗਾ ਦੋ ਮੈਚ ਇਹ ਬੰਦਾ 2 ਮੈਚ ਖੇਡਿਆ ਜਿਹਨੇ ਸਵੇਰੇ 7 ਵਜੇ ਮੈਚ ਖੇਡਿਆ 11 ਵਜੇ ਤੱਕ 12 ਵਜੇ ਤੋਂ ਲੈ ਕੇ 4 ਵਜੇ ਤੱਕ ਆਹ ਮੈਚ ਖੇਡਿਆ ਕੱਲ ਨੂੰ ਸਵੇਰੇ ਇਹਦਾ ਫਿਰ ਮੈਚ ਹੈਗਾ ਮਾਰਨਿੰਗ 20 ਓਵਰ ਦਾ ਸ਼ਾਮ ਨੂੰ ਫਿਰ ਇਹਨੇ 12 ਵਜੇ 50 ਓਵਰ ਵਾਲਾ ਮੈਚ ਖੇਡਣਾ ਤੇ ਸਰੀਰ ਦੇਖ ਲਓ ਸੁਪਰ ਟ੍ਰੈਕਟਰ ਵਰਗਾ ਤੇ ਮਾਂ ਦਾ ਪੁੱਤ ਜਮਾਂ ਦਬਦਾ ਹੀ ਨੀ ਪਤਾ ਨੀ ਕੀ ਖਾਂਦਾ ਗਾ ਹੁਣ ਐ ਨੀ ਖਿੱਚਿਆ ਜਾਣਾ ਇਹ ਪਰ ਫਰਕ ਬਹੁਤ ਪੈ ਗਿਆ ਬੰਦੇ ਦਾ ਬਾਈ ਡੈਡੀਕੇਸ਼ਨ ਇਹ ਬੰਦੇ ਦੀ ਵੀ ਡੈਡੀਕੇਸ਼ਨ ਮੰਨਣ ਵਾਲੀ ਹੈਗੀ ਤੇ ਘੱਟੋ ਘੱਟ ਨੇ 10-12 ਕਿਲੋ ਭਾਰ ਆ ਇਹਨਾਂ ਦਿਨਾਂ ਦੇ ਵਿੱਚ 12.5 ਕਿਲੋ ਭਾਰ ਨੇ ਇਹਨਾਂ 3-3 ਮਹੀਨਿਆਂ 'ਚ ਘਟਾ ਲਿਆ ਉਹਦਾ ਤੇ ਇਹ ਵੀ ਲੌਂਗ ਹੌਲ ਡਰਾਈਵਰ ਅਮਰੀਕਾ ਨੂੰ ਜਾਂਦਾ ਸੈਕਰੀਫਾਈਸ ਬਹੁਤ ਕਰਦਾ 500-500 ਮੀਲਾਂ ਘੱਟ ਪਾਉਂਦਾ ਇਹ ਅੱਜ ਤੁਹਾਨੂੰ ਇੱਕ ਚੀਜ਼ ਵਿਖਾਉਂਦੇ ਆ ਗੋਰਾ ਇੱਥੇ ਰੋਜ਼ ਸ਼ਾਮ ਨੂੰ ਲੈ ਕੇ ਆਉਂਦਾ ਇਹ ਆਪਦਾ ਜਗਾੜਮੈਂਟ ਬਣਾਉਂਦਾ ਹੈਗਾ ਇਹ
ਇਕੱਠਾ ਕਰਦਾ ਇਹਨੂੰ ਬੈਂਡ 'ਚ ਲੈ ਕੇ ਆਉਂਦਾ ਆਪਦੀ 'ਚ ਇੱਥੇ ਲਿਆ ਕੇ ਜੋੜ ਲੈਂਦਾ ਗਾ ਉਦੋਂ ਬਾਅਦ ਸਾਰੇ ਗਰਾਊਂਡ 'ਚ ਇਹ ਚਲਾਉਂਦਾ ਇਹਨੂੰ ਹਵਾ ਨਾਲ ਚੱਲਦੀ ਇਹ ਚੀਜ਼ ਸਟੀਅਰਿੰਗ ਲਾਇਆ ਇਹਨੇ ਪੈਰਾਂ 'ਤੇ ਸਟੀਅਰਿੰਗ ਲੱਗਿਆ ਹੋਇਆ ਇਹਦਾ ਰੱਸੀ ਨਾਲ ਚਲਾਉਂਦਾ ਉਹਨੂੰ ਰੋਪ ਨਾਲ Yes, can you talk about this, like what it is? A land sailor. Land sailor. Land sailor. In winter time, I put the, it's actually an ice boat. But in summertime, I make it into a land sailor, put wheels on it. Winter time, I put the blades on it and take it out on the ice. So you can say, winter time, you can say, summer time, you can say? Yeah, that's your steering. Oh, this is your steering? That's your steering. Okay. Yeah. ਆਹ ਕਹਿੰਦਾ ਸਟੀਅਰਿੰਗ ਆ ਬਈ ਇਹਦਾ ਇਹਦੇ ਨਾਲ ਚੱਲਦੀ ਆ ਇਹ ਰਾਡ ਇਹਦੇ ਨਾਲ ਸਟੀਅਰਿੰਗ ਫਰੰਟ ਵੀਲ ਨਾਲ ਟੱਚ ਕੀਤੀ ਵੀ ਐਕਚੁਅਲੀ ਇਹਦਾ ਸਟੀਅਰਿੰਗ ਆ ਤੇ ਇਹਦੇ ਨਾਲ ਸੋ ਸੇਲ ਯੂ ਇਫ ਯੂ ਵਾਂਟ ਟੂ ਗੋ ਫਾਸਟਰ ਯੂ ਵਾਂਟ ਮੋਰ ਪਾਵਰ ਯੂ ਪੁੱਲ ਦ ਸੇਲ ਇਨ ਓ ਯੂ ਵਾਂਟ ਲੈਸ ਪਾਵਰ ਯੂ ਲੈਟ ਦ ਸੇਲ ਆਊਟ ਓਕੇ ਸੋ ਇਹ ਕਹਿਣ ਦਾ ਮਤਲਬ ਜੇ ਤੁਸੀਂ ਇਹਨੂੰ ਤੇਜ਼ ਭਜਾਉਣਾ ਤਾਂ ਇਹਨੂੰ ਪੁੱਲ ਕਰ ਲਓ ਤੇਜ਼ ਭੱਜਣ ਲੱਗ ਜੂਗੀ ਰੱਸੀ ਨੂੰ ਇਹ ਰੋਪ ਜਿਹੜੀ ਜਾਂਦੀ ਹੈ ਇੱਥੋਂ ਉੱਪਰੋਂ ਅਟੈਚ ਹੋ ਕੇ ਤੇ ਇਹ ਉੱਪਰੋਂ ਅਟੈਚ ਹੋ ਕੇ ਉਹ ਵਿੰਡ ਨਾਲ ਅਟੈਚ ਹੋਈ ਵੀ ਹੈਗੀ ਸੋ ਜਦੋਂ ਇਹਨੂੰ ਪੁੱਲ ਕਰ ਲੈਂਦਾ ਜ਼ਿਆਦਾ ਤੇਜ਼ ਹੋ ਜਾਂਦਾ ਗਾ ਜਦੋਂ ਉਹਨੂੰ ਸਪੀਡ ਸਲੋ ਕਰਨੀ ਹੁੰਦੀ ਹੈ ਔਰ ਰੱਸੀ ਨੂੰ ਸਲੋ ਕਰ ਦਿੰਦਾ ਤਾਂ ਢਿੱਲੀ ਛੱਡ ਦਿੰਦਾ ਸੋ ਇਹ ਸਲੋ ਜਾਣ ਲੱਗੇ ਹਾਊ ਮੱਚ ਕਾਸਟ ਦਿਸ ਥਿੰਗ ਟੂ ਯੂ ਸਪੋਟ ਪ੍ਰੋਬਬਲੀ $1,100 ਸੋ ਸੇਫਟੀ ਸੋ ਆ ਦਾ ਜੀਪੀਐਸ ਆ ਇਹਨੂੰ ਸਪੀਡ ਦੱਸਦਾ ਇਹਦਾ ਸੈਂਸਰ ਹੈ ਸੋ ਇਹਨੂੰ ਇਹ ਦੱਸਦਾ ਹਾਊ ਕਿ ਕਿੰਨੀ ਸਪੀਡ ਤੇ ਇਹ ਜਾ ਰਹੀ ਹੈਗੀ My knees are gone, so I built this in 2017 so I could sit. I don't know if I can do my legs, but I can't do it. ਯਾਰ ਜਿਹੜੇ ਬੰਦੇ ਕੋਲੇ ਆਪਦੀ ਕਲਾ ਉਹ ਬੰਦਾ ਆਪਦਾ ਟਾਈਮ ਪਾਸ ਕਰ ਆਪਣੇ ਦੇਸੀਆਂ 'ਚ ਪਤਾ ਕੀ ਆਦਤ ਆ ਆਪਾਂ ਉਸੇ ਸਟਾਕ ਆ ਵੱਡੇ ਘਰ ਵੱਡੀਆਂ ਗੱਡੀਆਂ ਆਹ ਵੇਖ ਲਾ ਉਹ $1,100 ਇਹਨੇ ਲਾਇਆ ਗਾ ਅਤੇ ਇਹਨੇ ਸਨੋ 'ਤੇ ਵੀ ਚਲਾਉਂਦਾ ਗਾ ਇਹਨੂੰ ਅਤੇ ਇਹਨੂੰ ਸਮਰ 'ਚ ਇੱਥੇ ਵੀ ਚਲਾਉਂਦਾ ਇਹ ਗੱਡੀ 'ਚ ਲੱਦ ਲਿਆਉਂਦਾ ਗਾ ਸਾਰਾ ਜਗਾੜ ਮਿੰਟਾਂ ਦਾ ਕਹਿੰਦੇ ਕੋਲੇ ਵੱਡਾ ਗਾ ਅਤੇ ਇੱਥੇ ਆ ਕੇ ਵਧੀਆ ਇੰਜੋਏ ਕਰਦਾ ਹੁਣ 4-5 ਵਜੇ ਹੈਗੇ ਅਤੇ ਸ਼ਾਮ 'ਤੇ 7-8 ਵਜੇ ਦੀ ਇੱਥੇ ਹੀ ਰਹਿਣਾ ਹੁਣ ਇਹਨੇ ਸੋ ਲਓ ਜੀ ਮੈਚ ਜਿੱਤਣ ਤੋਂ ਬਾਅਦ ਡਿਸਕਸ਼ਨ ਤੋਂ ਬਾਅਦ ਲੰਚ ਕਰਨ ਤੋਂ ਬਾਅਦ ਅਸੀਂ ਚੱਲੇ ਆਂਗੇ ਹੁਣ ਘਰਾਂ ਨੂੰ ਤੇ ਸਾਨੂੰ ਦਿਓ ਇਜਾਜ਼ਤ ਤੁਹਾਨੂੰ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਸੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨੋਟੀਫਿਕੇਸ਼ਨ ਦੀ ਘੰਟੀ ਜ਼ਰੂਰ ਵਜਾ ਦਿਓ ਤਾਂ ਕਿ ਸਾਡੀਆਂ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਪਹਿਲ ਦੇ ਆਧਾਰ ਤੇ ਪਹੁੰਚ ਸਕਣ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਬਾਏ ਕਹਿੰਦੇ ਜ਼ਿੰਦਗੀ ਦੇ ਵਿੱਚ ਕਹਿੰਦੇ ਖੇਡਣਾ ਬਹੁਤ ਜ਼ਰੂਰੀ ਹੈ ਕੰਮਾਂ ਕਾਰਾਂ 'ਤੇ ਵੀ ਜਾਂਦੇ ਨੇ ਅਤੇ ਸ਼ਨੀ ਐਤਵਾਰ ਨੂੰ ਆਪਣੀ ਪਿਆਰੀ ਗੇਮ ਨੂੰ ਟਾਈਮ ਵੀ ਪੂਰਾ ਦਿੰਦੇ ਨੇ ਵੇ ਉਹ ਪੂਰਾ ਟਾਈਮ ਦਿੰਦੇ ਨੇ ਅਤੇ ਕਈਆਂ ਦੀਆਂ ਘਰ ਵਾਲੀਆਂ ਵੀ ਕਹਿੰਦੀਆਂ ਨੇ ਵੀ ਮਾਹੀ ਮੈਨੂੰ ਲੈ ਚੱਲ ਵੀ ਮੈਂ ਵੇਖਣਾ ਨੈਗਰਾ ਫੌਲ ਪਰ ਕਹਿੰਦੇ ਸ਼ਨੀ ਐਤਵਾਰ ਕ੍ਰਿਕਟ ਤੋਂ ਵਿਹਲ ਨਹੀਂ ਮਿਲਦੀ ਕਹਿੰਦੇ ਨਾਨਾ ਨੇ ਕਹਿੰਦੇ ਨਾਨਾ ਨੇ ਨਾ ਨਾ ਕਰਾਤੀ ਮੇਰੇ ਵੀਰੇ ਨਾ ਕਰਾਤੀ ਕਹਿੰਦੇ ਗਾਰਲਿਕ ਨਾ ਨਹੀਂ ਖਾਣੇ ਆ ਸਾਰੇ ਕਹਿੰਦੇ ਗਾਰਲਿਕ ਨਾ ਨਹੀਂ ਖਾਣੇ ਓਕੇ ਗਾਇਜ਼ ਓਕੇ ਸੀ ਯੂ